ਕੋਠੀ ਚੋਂ ਗਲਾਸ ਲੈਣੇ ਗਿਆ ਮੈਂ ਇੱਥੇ ਪਹੁੰਚ ਗਏ ਸਾਰੀ ਸਾਰਾ ਲੱਗ ਗਿਆ ਕਿ ਭਈ ਆ ਦੇਖ ਲਓ ਸਾਡੇ ਇੱਧਰ ਜੰਗਲ ਆ ਪੂਰਾ ਦੇਖ ਲਓ ਹਨੇਰਾ ਹੋ ਗਿਆ ਟਾਈਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਹੀਟ 855 ਤੇ ਅੱਜ ਬਈ ਵਿਹਲੇ ਜਾ ਕੇ ਆਏ ਤੇ ਆਪਣਾ ਬੈਂਕ 'ਚ ਕੰਮ ਦਾ ATM ਅਪਲਾਈ ਕਰਨਾ ਤਾ ਤੇ ਲੇਟ ਹੋ ਗਏ ਪਹਿਲਾਂ ਰੋਪੜ ਲੰਘ ਗਏ ਮੈਂ ਯਾਰ ਬਿੱਲਾ ਤੇ ਬਿੱਲੇ ਦਾ ਕੰਮ ਤਾ ਬੈਂਕ 'ਚ ਉਹਦੇ ਬਾਅਦ ਹੁਣ 12 ਵਜੇ ਕੱਲ੍ਹ ਨੂੰ ਕਹਿੰਦੇ ਆ ਕਹਿੰਦੇ ਫਾਰਮ ਲੈ ਆਏ ਤੇ ਫਿਰ ਕੱਲ੍ਹ ਨੂੰ ਭਰ ਕੇ ਆਪਾਂ ਅਪਲਾਈ ਕਰਦੇ ਹਾਂਗੇ ਅਤੇ ਬਾਕੀ ਬਾਈ ਬਿੱਲੇ ਇਹਨਾਂ ਨੇ ਕੱਦੂ ਕਰਤਾ ਮਿਲੋ ਜੀ ਬਿੱਲੇ ਨੂੰ ਇੱਧਰ ਸਾਰਿਆਂ ਹਾਂ ਫਿਰ ਨਿਬੇੜਤਾ ਹੈ ਅਜੇ ਪਰ ਲਾਏ ਤਾਂ ਡੱਕਾ ਨਹੀਂ ਲੱਗੇ ਹੋਏ ਪਨੀਰੀ ਪੱਟ ਰਹੇ ਪਨੀਰੀ ਪੱਟਣ ਲੱਗੇ ਪਏ ਆ ਗੇੜਾ ਮਾਰਨ ਆਏ ਤੇ ਉਰੇ ਅਤੇ ਸਾਰੇ ਜੇ ਲਾ ਲੈਣੇ ਅੱਜ ਕੇ ਹੈ ਫਿਰ ਕੱਖ ਕੰਡਾ ਹਾਂ ਬੂਟਿਆਂ 'ਚ ਵੀ ਲਾ ਨਾ ਫਿਰ ਕੱਖ ਕੁੱਖ ਇੱਥੇ ਬੀਜਣ ਹੈਗੇ ਉੱਧਰ ਪਰਾਂ ਹੈਗੇ ਆ ਬੂਟਿਆਂ 'ਚ ਬੂਟਿਆਂ 'ਚ ਚੱਲ ਫਿਰ ਤੂੰ ਇਹਨਾਂ ਨੂੰ ਚਾਹ ਪਾਣੀ ਲੈ ਕੇ ਆ ਜੀ ਹੁਣ ਚੱਲੀਏ ਫਿਰ ਘਰ ਨੂੰ ਚੱਲਦੇ ਹਾਂ ਉੱਧਰ ਦੇਖਦੇ ਜੇ ਮਿਲੇ ਉੱਥੇ ਬੰਦੇ ਲੱਗੇ ਹੋਏ ਪਨੀਰੀ ਪੱਟਾਂ ਲੱਗੇ ਹੋਏ ਇੱਥੇ ਦਾ ਮੈਂ ਉੱਥੇ ਦੇਖੇ ਤੇ ਪੜਦੇ ਹਾਂ ਕਿਤੇ ਉਹ ਉਹ ਉੱਥੇ ਲੱਗੇ ਹੋਏ ਘਰ ਦੇ ਕੋਲ ਬਾਕੀ ਬਈ ਪਨੀਰੀ ਘੱਟ ਗਈ ਸੀ ਮੁੰਡੇ ਕੋਲ ਫਿਰ ਮੈਂ ਤਾਂ ਕਰਤਾ ਤਾ ਹੀਲਾ ਚਵੀਰ ਤੇ ਇਹ ਕਹਿੰਦਾ ਸਰ ਗਿਆ ਹੁਣ ਸਰ ਗਿਆ ਹਾਂ ਬਾਕੀ ਪਾਣੀ ਪੂਣੀ ਉਰੇ ਤਾਂ ਨਹੀਂ ਆਉਂਦਾ ਤੁਹਾਡੇ ਆਉਂਦਾ ਨਹੀਂ ਆਉਂਦਾ ਘੱਟ ਆਉਂਦਾ ਨਿਕਲ ਜਾਂਦਾ ਥੋੜਾ ਸਾਡੇ ਹੀ ਨਿਕਲਦਾ ਉੱਥੇ ਪੈ ਬਣਾ ਨਿਕਲਦਾ ਸਾਡੇ ਖੇਤਾਂ 'ਚ ਨੂੰ ਉਹਦੇ ਬਾਅਦ ਪਰਾਂ ਨੂੰ ਪਰਾਂ ਨੂੰ ਪਤਾ ਨਹੀਂ ਜਾਂਦਾ ਪਤਾ ਨਹੀਂ ਜਾਂਦਾ ਦੇਖ ਲਓ ਬਾਈ ਇੰਨਾ ਵੀ ਨਹੀਂ ਪਤਾ ਮੁੰਡੇ ਨੂੰ ਖੇਤਾਂ ਖੂਤਾਂ 'ਚ ਘੱਟੇ ਆਉਂਦਾ ਇਹ ਉਹ ਪਰਾਂ ਪੈ ਬਾਬਾ ਉਹ ਵੀ ਪਤਾ ਨਹੀਂ ਬਣਦਾ ਹੁਣ ਪਤਾ ਨਹੀਂ ਖੋਲਿਆ ਬੰਦੇ ਹੋਣਾ ਤਾਂ ਹੀ ਤਾਂ ਪਾਣੀ ਇੰਨਾ ਘੱਟ ਆ ਨਹੀਂ ਤਾਂ ਪੂਰੇ ਭਰੇ ਪਏ ਹੋਣੇ ਤੇ ਬਾਕੀ ਤੁਹਾਡੇ ਇੱਧਰ ਇੰਨੀ ਤਾਂ ਮਾਰ ਨਹੀਂ ਹੈਗੀ ਸਾਡੇ ਇੱਧਰ ਤੇ ਆਉਂਦਾ ਪਾਣੀ ਪਿੱਛੇ ਤੇ ਜ਼ਿਆਦਾ ਮਨਸੂਏ ਮਨਸਾਏ ਦਾ ਇੱਧਰ ਕਿੱਥੇ ਆਉਂਦਾ ਇੱਧਰ ਕਿੱਥੇ ਤੇ ਆਉਣਾ ਪਾਣੀ ਉੱਧਰ ਨਹੀਂ ਮੈਂ ਉੱਧਰ ਵਾਲਾ ਪਾਣੀ ਇੱਥੇ ਕਿੱਥੇ ਇੱਧਰ ਨਹੀਂ ਆਉਣਾ ਇੱਧਰਲਾ ਜਾਣਾ ਤਾਂ ਉੱਧਰ ਚੱਲ ਫਿਰ ਚੱਲੀਏ ਫਿਰ ਇੱਧਰ ਰੇਤਾ ਵੀ ਆ ਨਾ ਊਂ ਵੀ ਪਾਣੀ ਇੰਨਾ ਖੜਦਾ ਨਹੀਂ ਹੈਗਾ ਇਹ ਵੀ ਆ ਉਹ ਤਾਂ ਜਮਾ ਹੀ ਰੇਤਾ ਜਿਹੜੇ ਉੱਧਰ ਬੂਟੇ ਲਾਏ ਵੇ ਬੂਟਿਆਂ ਦਾ ਜਮਾ ਹੀ ਰੇਤਾ ਉੱਥੇ ਤਾਂ ਕੋਈ ਹੁੰਦਾ ਹੀ ਨਹੀਂ ਉੱਥੇ ਤਾਂ ਸਾਨੂੰ ਮੂੰਗਫਲੀ ਲਾਉਣੀ ਪੈਣੀ ਹਾਂ ਮੂੰਗਫਲੀ ਬੀਜ ਲੈ ਕਰੋ ਛੋਲੇ ਛੁੱਲੇ ਛੋਲੇ ਲਾਉਂਦੇ ਬਈ ਆ ਤਾਂ ਹੀ ਛੋਲੇ ਖਾ ਖਾ ਕੇ ਆ ਜਾਣਾ ਚੱਲਦੇ ਜੀ ਘਰ ਨੂੰ ਫਿਰ ਲਓ ਜੀ ਮੈਂ ਪਹੁੰਚ ਗਿਆ ਤਾਂ ਖੇਤਾਂ 'ਚ ਅਤੇ ਜਦ ਘਰਾਂ ਗਏ ਡੈਡੀ ਕਹਿੰਦੇ ਚਾਹ ਫੜਾਇਆ ਚਾਹ ਲੈ ਬੰਦੇ ਆ ਗਏ ਪਨੀਰ ਲੈ ਕੇ ਨਾਲੇ ਚਾਹ ਪਈ ਆ ਇੱਕ ਗਲਾਸ ਲੈਣ ਗਿਆ ਹੁਣ ਤਾਂ ਲੱਗੇ ਵੇ ਲਾਉਣ ਲਾਗੇ ਲਾਉਣ ਇੱਧਰੋਂ ਹੀ ਸਟਾਰਟ ਕਰਤੀ ਇਹਨਾਂ ਨੇ ਮੋਟਰ ਦੇ ਨਾਲ ਤੋਂ ਆਹ ਲਾ ਕੇ ਫਿਰ ਇੱਧਰ ਲਾਉਣ ਜੀ ਬਾਕੀ ਉਹਨੂੰ ਆ ਕੇ ਫਿਰ ਚਾਹ ਗਲਾਸ ਲੈਣ ਗਿਆ ਇੱਕ ਬੰਦਾ ਉਹ ਮੋਟਰ ਉੱਤੇ ਖੇਤਾਂ 'ਚ ਤਾਂ ਪਨੀਰੀ ਪੜਦੇ ਤੇ ਗਲਾਸ ਲਿਆਊਗਾ ਫਿਰ ਚੱਲਦੇ ਹਾਂ ਉਹ ਤੋਂ ਬਾਅਦ ਪੁੱਛੋ ਡੈਡੀ ਨੂੰ ਪੁੱਛੋ ਮੈਨੂੰ ਤਾਂ ਪਨੀਰੀ ਵੀ ਨਹੀਂ ਪਤਾ ਯਾਰ ਕਿਹੜੀ ਆ ਡੈਡੀ ਨੂੰ ਪਤਾ ਹੋਣਾ ਮੈਂ ਡੈਡੀ ਨੂੰ ਪੁੱਛਦਾ ਕਿਆ ਚੱਕਰ ਆ ਵੀ ਪਨੀਰੀ ਕਿਹੜੀ ਆ ਇੱਧਰ ਦੇਖ ਲਓ ਬਾਕੀ ਲੱਗੇ ਹੋਏ ਸਾਰੇ ਕਿਤੇ ਪਪੂਲਰ ਬਹੁਤ ਆ ਯਾਰ ਸਾਡੇ ਇੱਧਰ ਬਹੁਤ ਆ ਦੇਖੋ ਮੈਂ ਦਿਖਾਉਂਦਾ ਉੱਧਰ ਨੂੰ ਜਾਂਦਾ ਪਪੂਲਰ ਹੈ ਕਿੰਨੇ ਪਪੂਲਰ ਹੈ ਪਪੂਲਰ ਹੈ ਨਜ਼ਾਰਾ ਲਿਆਂਦਾ ਵਾ ਆਰਾਮ ਕਰਨ ਲੱਗ ਗਏ ਜੀ ਮੈਂ ਚਲੋ ਵਿਹਲੇ ਆਰਾਮ ਕਰ ਲਈਏ ਥੋੜ੍ਹਾ ਜਿਹਾ ਅਤੇ ਬਾਕੀ ਹੁਣ ਬਾਪੂ ਉਹਨਾਂ ਨੇ ਮੈਸਾਂ ਦਾ ਕੱਢਤੀਆਂ ਬਾਹਰ ਰਹਿ ਗਿਆ ਕੰਮ ਸਫਾਈ ਦਾ ਅਤੇ ਹੁਣ ਸਫਾਈ ਕਰ ਦਈਏ ਸਫਾਈ ਕਰਕੇ ਫਿਰ ਚੱਲਦੇ ਹੀਰੇ ਨੂੰ ਗੇੜਾ ਦੇਣ ਅਤੇ ਬਾਂਟੀ ਯਾਰ ਬਿੱਲਾਂ ਬੁਲਾਉਂਦੇ ਅਤੇ ਉਹਨਾਂ ਕੋਲ ਨੂੰ ਵੀ ਜਾਣਾ ਅਤੇ ਕਰਦੇ ਜੀ ਸਫਾਈ ਹੁਣ ਨਿਬੇੜ ਕੇ ਚੱਲਦੇ ਘੰਟੇ ਕੁ ਦਾ ਕੰਮ ਰਹਿ ਗਿਆ ਆਪਣਾ ਹੁਣ ਵਿੱਚੇ ਹੀਰੇ ਨੂੰ ਗੇੜਾ ਦਵਾ ਆਉਣਾ ਫਿਰ ਆ ਕੇ ਗੁਰਦੁਆਰੇ ਜਾ ਆਵਾਂਗੇ ਇਹਨਾਂ ਨੇ ਬਾਕੀ ਬਾਈ ਦੱਸਿਓ ਵੀਡੀਓ ਆਪਣੀ ਠੀਕ ਠੀਕ ਆ 7-8 ਮਿੰਟ ਦੀ 10 ਮਿੰਟ ਦੀ ਇਹ ਤੋਂ ਵੀ ਜ਼ਿਆਦਾ ਛੋਟੀ ਚਾਹੀਦੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਬਾਈ ਪਪੀਤਿਆਂ ਦੇ ਬੂਟੇ ਲਿਆਂਦੇ ਵੇ ਤੇ ਮਾਤਾ ਨੇ ਕਹਿੰਦੇ ਵੀ ਲਾਉਣੇ ਆ ਅਤੇ ਉਹਦੇ ਵਾਸਤੇ ਟੋਏ 'ਚ ਮਾਰਨ ਲੱਗਿਆ ਵਾ ਤਾਂ 2 ਤਾਂ ਸਾਡੇ ਹੋ ਵੀ ਗਏ ਛੋਟੇ ਛੋਟੇ ਲਾਏ ਤੇ ਅਤੇ 2-4 ਮੈਂ ਕਿਹਾ ਹੋਰ ਲਾ ਦਿੰਦੇ ਹਾਂ ਹੁਣ ਬਾਕੀ ਆੜੂਆਂ ਉੜੂਆਂ ਦੇ ਬੂਟੇ ਆ ਉਹ ਵੀ ਲਾਉਣੇ ਆ ਉਹ ਕੱਲ੍ਹ ਨੂੰ ਲਾਉਂਗੇ ਅਤੇ ਬਾਈ ਕੋਈ ਵੀ ਬੂਟਾ ਲਾਉਣਾ ਹੈ ਨਾ ਪਹਿਲਾਂ ਪਾਣੀ 'ਚ ਆਪਣਾ ਭਿਜੋ ਕੇ ਰੱਖਣਾ ਇੱਕ ਦਿਨ ਇੱਕ ਦਿਨ ਆਪਾਂ ਪੂਲਰ ਭਿਜੋ ਕੇ ਰੱਖਦੇ ਹਾਂ ਉਹ ਤੋਂ ਬਾਅਦ ਫਿਰ ਲਾਓ ਦੇਖਿਓ ਕਦੇ ਵੀ ਖਰਾਬ ਨਹੀਂ ਹੋਊਗਾ ਕਈਆਂ ਦੇ ਬੂਟੇ ਲਾਏ ਵੇ ਵੀ ਹਰੇ ਨਹੀਂ ਹੁੰਦੇ ਅਤੇ ਬਾਈ ਆਹ ਤਰੀਕਾ ਹੈ ਬੂਟਿਆਂ ਦਾ ਕੋਈ ਵੀ ਦਰ ਲਾਉਣਾ ਚਾਹੋ ਮਿਰਚਾਂ ਦਾ ਵੀ ਪੱਟ ਕੇ ਉੱਧਰ ਅਤੇ ਇੱਧਰ ਲਿਆਉਣਾ ਉਹਨੂੰ ਪਾਣੀ 'ਚ ਡੁਬੋ ਕੇ ਰੱਖੋ ਤਾਂ ਉਹ ਜੜ ਬਹੁਤ ਛੇਤੀ ਫੜਦਾ ਫਿਰ ਅਤੇ ਤੁਹਾਨੂੰ ਦਿਖਾਉਣਾ ਮੈਂ 2 ਸਾਡੇ ਬਹੁਤ ਬੜੇ ਹੋ ਗਏ ਬੂਟੇ ਅਤੇ 2 ਹੁਣ ਲਾ ਦੇਣੇ 4-5 ਹੋ ਜਾਣੇ
अपने इधर बाकी सब्जियां सुब्जियां लगी हुई हैं, ये भी हम देखते सफाई जी करके बाह देनी होर लाऊंगे। अरे बूटी जी रखना रोड़े है ना बिच उपर उपर दे पाना। उधर ला दो, उधर तो मैं रखे ही दो। किथे? उधर उधर पूरे जो टूआ मारे अब भाई चार होर लाते ये अपने यहाँ देखो छोटे छोटे लाए थे जमने से छोटे छोटे बिटे बिटे कहाँ हो गया कहाँ है दो हो गए होर तो चार पांच होर लाते बढ़िया हो जाएंगे खाने जोगे कहाँ पे आई खुरपा चक लियो चलते ही हीरे हम गेड़ा दबा चलते फिर हीरे लेके जब पूरा रेडी हम चलते हैं जिधर टेंशन भी हो गया मोरे वो भी जाऊँगा जो पहला भाई पाँच सात दिन घर नहीं पड़ेगा हूँ लड़ लुड़ के दंद दुंद मरा के हूँ घर बहन लग गया जखम कराई फिर हम दवाई दवुई लाई आ मक्खी मक्खी करके भाई भादा फिरी जाता फिर आले दुआले हूँ दवाई करके आराम आ हूँ टिक जाता हीरा हच भी नहीं भी लगे हुए भाई पूरा कच्चे ने आही रह गया मन लगती है बाकी निबड़ गया पनीरी आला का खेत है इधर लगे हुए इधर टेंशन भी ना कम मुरे इधर आराम गल जाता देख लो हजे भी पानी चलता भाई पर हूँ घट गया पानी उतर गया पानी था वैसे हूँ सारे का वैसे सवेरे भाई बहुत मीह पे साढ़े सवेरे भी खासा मीह पै लिया मक्की तो अपनी जी खड़ा ही है जी ए भी कड के जाने पानी और देखो बिच जमा ही गर्गी चल चल बता मक्की भाई घोड़े पर कदे भी खा पी के ना बैठे अज मैं दुध पी आया तो ढिड दुखन लग गया हजे थोड़ा जहा तुर के आए हैं इधर न बाकी हूँ भाई सारे शाम के टाइम कखा का भी टाइम होंगे ना उस करके रेहड़े पर भाई रेहड़िया का आ चक्कर होंगे शाम को कखा आते लोग हूँ ये रुकता नहीं है जान जान के पंगे लाऊंगा मुरे हुंदा बल्द भाई डरते ये नहीं डरता हरामी बहुत जान जान के डरा तो बाकी भाई एक पानी चलते पानी है तो फिर जानवर डरता नहीं है कितने चल जाना जूना है ना भी दौड़ा दौड़ा कितने पानी पूनी खड़ा हूँ लाग पास फिर जानवर डरी जाता वो चीज़ा से हूँ पानी तो डरता नहीं पानी जिन्हों आराम गल वधिया लंघी जाता करके हूँ मैं डेली लिया तो भाई गेड़ा गेड़ा हीरे का भाई अपना जिकना हूँ गर्मिया हो गई कहना रंग लाल कर लाना कि धुप तो लगती है ना पिंडा यदा लाल हो जाता फिर नहीं रंग काला ही रहा भी यह रंग बदली जाता रंग बदली जाता हूँ भाई सियाल गर्मी से अलग अलग हो जाता काला कदे लाल बाकी भाई हूँ कितने रेसा भी नहीं है दौड़ा दूड़ा कितने है नहीं हूँ वो करके बस अपना नॉर्मल मेहनत ही कराने गेड़ा दवाने भी स्टैमिना बनया रहे नहीं हूँ खड़ा के खिलाने लग गए फिर इन्हें स्टैमिना बहुत औखा हो जाता बाद चो बना ज़्यादा मेहनत करवानी पैंती हूँ जिकना बनया भी उकना ही है हूँ सह नहीं चढ़ता किलो डेढ़ किलोमीटर दो किलोमीटर भी गेड़ा दबे हों पर सह नहीं चढ़ता हूँ तो ठीक है हूँ वधिया गंदियाँ दी हत जाती है गंदियाँ बहुत बड़िया बढ़ता तो बाकी हूँ चलते जी बिल्ला बुला बिले को जाके आने लो भाई आ गए थे बिले ना खेत च तो इधर भाई देख लो तुम किन्ने टाइम च बिले लाते इन्होंने बंदे का देखी किन्ने सैकल भराने भाई का दवाड़ आ पनीरी घट गई दवाड़ कभी दवाड़ घोर रह गया थोड़ा जहा पर थले लाता तो पंद्रह क मिनट च कहना भी मिनट आही लाता कला ही दो घंटे कहना लाए कहना नबेड़ के लंघ कहना हजे वो रह गया चल पनीरी पड़ते थे पर भाई बंदे ये इन्ने वधिया परल वाले उरे रहने मोटर दे लागे उदा दे लाते होंने तो लवाई भी बई बहुत वधिया करीबी आ
ਇਹ 20,000 ਰੁਪਏ ਕਹਿੰਦੇ ਫਾਲਤੂ ਲੈਣੇ ਆ ਮੈਂ ਤਾਂ ਇੰਦਾ ਸੁਣਿਆ ਤੇ ਇਹਦੇ ਬਾਪੂ ਤੇ ਉਦਣ ਕਰਾ ਮਾਰਨ ਆਏ ਤਾਂ 3500 ਲੈਂਦੇ ਪਤਾ ਨਹੀਂ ਹਾਂ 3500 ਰੁਪਏ ਲੈਣੇ ਆ ਤੇ ਬਾਈ ਇਹਨਾਂ ਨੇ ਇੱਕ ਬੰਦੇ ਨੂੰ ਲੈ ਕੇ ਜਾਣਾ ਜਗ੍ਹਾ ਦਿਖਾਇਆ ਆਉਣੀ ਸਾਈਕਲਾਂ ਪਰ ਜਾਣਾ ਕੋਈ ਲਿਜਾਣਾ ਨਹੀਂ ਕੋਈ ਕੁਝ ਨਹੀਂ ਕਰਨਾ ਪਨੀਰੀ ਆਪਣੀ ਲੈ ਕੇ ਜਾਣੀ ਬਸ ਪਨੀਰੀ ਵੀ ਲੈ ਕੇ ਕਣਾ ਬੰਨ ਰਹੇ ਆ ਹਾਂ ਪਨੀਰੀ ਦੀ ਬਾਈ ਐਡੇ ਐਡੇ ਭਰੀਆਂ ਵਾਲੇ ਗੁੱਛੇ ਬੰਨੇ ਹੋਏ ਆ ਤੇ ਬੰਦੇ ਬਹੁਤ ਆ ਹਾਂ 60-70 ਬੰਦੇ ਹੋਣੇ ਉਹਦਾ ਮਾੜੇ ਪਿੰਡ ਜਿੰਨੇ ਕਿਹੜੇ ਕਿਹੜੇ ਨੂੰ ਲੱਗਦੇ ਇਹ ਹੋਰ ਕੀ ਬਿੱਗਾ ਬਿੱਗਾ ਸਾਂਭ ਲੈਂਦਾ ਇੱਕ ਇੱਕ ਜਣਾ ਤੇਰਾ ਡੈਡੀ ਵੀ ਆਈ ਦਾਦਾ ਦਾ ਕਹਿੰਦਾ ਜਾਂਦੇ ਬਾਜੋ ਕਹਿੰਦਾ ਪਨੀਰੀ ਘੱਟ ਜਾਂਦੀ ਆ ਇਹਨਾਂ ਨੂੰ ਕਹਿੰਦਾ ਜਾਂਦੀ ਸਾ ਚਾਹ ਪੀਣ ਲੱਗਦੇ ਜਾਂ ਤਾਂ ਲਾ ਕੇ ਉਹ ਮਾਰਦੇ ਪਰ ਉਹ ਮੈਂ ਚਾਹ ਲੈ ਕੇ ਆਇਆ ਉਹ ਗਲਾਸ ਲੈਣ ਜਾਂ ਤੈਨੂੰ ਦੱਸਦਾ ਮੋਰੇ ਆ ਹਾਂ ਲੰਘ ਲਓ ਉੱਥੇ ਦੇ ਉਹ ਇੰਨਾ ਕੁ ਗਲਾਈ ਚ ਲਾਇਆ ਹੋਣਾ ਉਹ ਚਾਹ ਲੈਣਾ ਕੋਠੀ ਚੋਂ ਗਲਾਸ ਲੈਣੇ ਗਿਆ ਮੈਂ ਇੱਥੇ ਪਹੁੰਚ ਗਏ ਸਾਰੀ ਸਾਰਾ ਲੱਗ ਗਿਆ ਹਾਂ ਲਜਾਣਾ ਕਰਨੇ ਦਾ ਕੋਈ ਟੈਨਸ਼ਨ ਨਹੀਂ ਹੈਗੀ ਬੰਦੇ ਨੂੰ ਆਪੇ ਲਾਉਣੇ ਆਪੇ ਜਾਣੇ ਉਧਰ ਉਧਰ ਉਰੇ ਦੇ 4 ਕਿਲੋਮੀਟਰ ਹੋਣਾ ਬੇਲਾ ਨਾ ਬੇਲੇ ਬੇਲੇ ਕੋਲ ਜਾ ਕੇ ਬਾਈ ਲਾਉਣੇ ਇਹਨਾਂ ਦੇ ਪਰਲ ਵਾਲਿਆਂ ਦੇ ਜਿਹਨਾਂ ਨੇ ਆਪਾਂ ਕਰਾਹ ਕਰਕੇ ਗਏ ਤੇ ਉਦਣ ਉੱਥੇ ਦਾ ਵੀਡੀਓ ਬਣੀ ਨਹੀਂ ਆਪਾਂ ਦੇ ਉਦਣ ਤੇ ਕੀ ਆ ਦੇਖ ਲਓ ਚੱਲੇ ਸਾਈਕਲਾਂ ਪਰ ਟੀਮ ਸਾਰੀ ਅਤੇ ਬਾਕੀ ਬਾਈ ਪਨੀਰੀ ਦਾ ਹਜੇ ਪੱਕਾ ਪਤਾ ਨਹੀਂ ਕਿਉਂਕਿ ਬਿੱਲੇ ਕਹਿੰਦਾ ਪਹਿਲਾਂ 26 ਲਾਉਣੀ ਤੀ ਉਹ ਘੱਟ ਗਈ ਪਨੀਰੀ ਅਤੇ ਹੁਣ ਪਤਾ ਨਹੀਂ ਕਿਹੜੀ ਪਟਾਈ ਇਹਨਾਂ ਨੇ ਹੁਣ ਪਨੀਰੀ ਬਾਪੂ ਨੂੰ ਇਹ ਪਤਾ ਹਾਂ ਬਾਪੂ ਨੂੰ ਇਹ ਪਤਾ ਮੈਨੂੰ ਤਾਂ ਮੈਂ ਤਾਂ ਚਾਹ ਪੜਾਉਣੀ ਇਹ ਪਿਛਲੇ ਸਾਲ ਕਰੇ ਤੇ ਹਨਾ ਪਿਛਲੇ ਸਾਲ ਹੀ ਕਰੇ ਤੇ ਲੇਜ਼ਰ ਤੇ ਪਿਛਲੇ ਸਾਲ ਕਰੇ ਤੇ ਹੁਣ ਵੀ ਬਾਈ ਵਧੀਆ ਕਰੇ ਵੇ ਜਦ ਤੂੰ ਲੈ ਕੇ ਆਇਆ ਤਾਂ ਗਰਾਜ ਆ ਕਰੇ ਹਾਂ ਜਦ ਕਰੇ ਜਦ ਮੈਂ ਮੁੱਲਾ ਪਰ ਚਲਾਉਣਾ ਸਪੈਸ਼ਲ ਆਇਆ ਤੌਰੀ ਜਦ ਮੈਂ ਦਵਾਈ ਤਾਂ ਜਦ ਬਿੱਲਾ ਦਵਾਈ ਦਾ ਬਾਈ ਤੇ ਬਾਕੀ ਬਾਈ ਬਿੱਲੇ ਨੇ ਵੀਡੀਓ ਬਣਾਈ ਵੀ ਆ ਆਪਾਂ ਉਹ ਵੀ ਵਿੱਚ ਕਲਿੱਪ ਪਾਵਾਂਗੇ ਲਾਉਂਦਿਆਂ ਦੀ ਸਾਰੇ ਕਰਦਿਆਂ ਦੀ ਤੇ ਦੱਸਿਓ ਬਾਈ ਜੇ ਇੱਕਣ ਆਪਾਂ ਪਾ ਦੇ ਕਰੀਏ ਕਲਿੱਪ ਜਿੱਕਣ ਹੁਣ ਬਿੱਲਾ ਵੀ ਕੰਮ ਕਰਦਾ ਫਿਰ ਦਿਖਾ ਦੇ ਕਰਾਂਗੇ ਮਾੜਾ ਮੋਟਾ ਉੱਧਰ ਉੱਧਰ ਚੱਲ ਆ ਜਾ ਉੱਧਰ ਮਾਰ ਦੇਈਏ ਚੱਲ ਬਾਕੀ ਬਈ ਆਪਾਂ ਨੂੰ ਕੱਦੂ ਦਾ ਕਿਰਾਇਆ ਵੀ ਆਈ ਜਾਂਦਾ ਤਾ ਫਿਰ ਤੁਹਾਨੂੰ ਪਤਾ ਕਰਾਹ ਕਰਕੇ ਫਿਰ ਮੈਂ ਉੱਧਰ ਫੜਦਾ ਨਹੀਂ ਉੱਧਰ ਜਵਾਬ ਦਿੰਦਾ ਤਾਂ ਮੈਂ ਬਿੱਲਾ ਕਹਿੰਦਾ ਇੱਕ ਕਰਨਾ ਤਾਂ ਉਹਦੇ ਚਾਚੇ ਨਾਲ ਉਹ ਕਰਨਾ ਮੈਂ ਤੂੰ ਟਰੈਕਟਰ ਲੈ ਜਾਈ ਬਾਈ ਜਦੋਂ ਟਰੈਕਟਰ ਦਵਾ ਦੂੰਗਾ ਕਿਸੇ ਦਾ ਤੂੰ ਉਹ ਕਰ ਲਿਆ ਅਤੇ ਉਰੇ ਆ ਬਾਈ ਪਨੀਰੀ ਆ ਦੇਖੋ ਹੁਣ ਪੱਟ ਗਏ ਹੈ ਨਾ ਹੁਣ ਸਵੇਰੇ ਲਾਉਂਗੇ ਉਹ ਦੇਖੋ ਪਨੀਰੀ ਪੱਟੀ ਹੋਈ ਆ ਹਾਂ ਬਾਕੀ ਉਹ ਪਰ ਆਪਾਂ ਲੇਜ਼ਰ ਕਰੇ ਵੀ ਉੱਪਰ ਲਿਖੇ ਤਾਂ ਇਹ ਵੀ ਇਹ ਪਿਛਲੇ ਸਾਲ ਕਰਿਆ ਤਾਂ ਪਿਛਲੇ ਸਾਲ ਇੱਕ ਬਣਾਇਆ ਤਾ ਸਾਰਿਆਂ ਦਾ ਅਤੇ ਉਹ ਸਾਰੇ ਦਾ ਇੱਕ ਬਣਾ ਕੇ ਗਿਆ ਤਾ ਮੈਂ ਬਾਕੀ ਬਈ ਆਹ ਦੇਖ ਲਓ ਸਾਡੇ ਇੱਧਰ ਜੰਗਲ ਆ ਪੂਰਾ ਦੇਖ ਲਓ ਹਨੇਰਾ ਹੋ ਗਿਆ ਟਾਈਮ ਅਜੇ 7 ਵਜੇ ਸਾਡੇ ਵੱਲ ਉੱਧਰ ਐਨ ਵੀ ਖੁੱਲ੍ਹੇ ਜਿਹੇ ਚਾਨਣਾ ਲੱਗਦਾ ਐਨ ਪੂਰਾ ਆਹ ਦੇਖ ਲਓ ਹਨੇਰਾ ਹੋ ਜਾਂਦਾ ਸਾਡੇ ਦਾ ਆਹ ਦੇਖ ਲਓ ਜੰਗਲ ਹੀ ਪਿਆ ਬੂਟਾ ਹੀ ਬੂਟਾ ਸਾਨੂੰ ਤਾਂ ਆਕਸੀਜਨ ਫੁੱਲ ਆ ਫੋਟੋ ਵੀ ਭਰੀ ਵੀ ਹੈ ਹਾਂ ਬਬੂਲਰੇ ਬਾਈ ਸਾਨੂੰ ਤਾਂ ਪੈਸਾ ਬਚਾਉਂਦਾ ਬਾਕੀ ਇਹ ਤਾਂ ਜਮਾਂ ਹੀ ਰੇਤਲੀ ਜ਼ਮੀਨ ਆ ਜਿਹੜੀ ਆਹ ਇੱਧਰ ਬੂਟੇ ਲੱਗੇ ਵੇ ਇਹਨਾਂ ਨੇ ਵੀ ਬਿੱਲੇ ਨਾਲ 1.5-2 ਕਿੱਲੇ ਲਾਏ ਵੇ ਬੂਟਿਆਂ ਦੇ ਉੱਥੇ ਚਾਰਾ ਚੂਰਾ ਬੀਜੀ ਜਾਂਦੇ ਪਰ ਜੰਗਲ ਆ ਬਾਈ ਜਿਹਨਾਂ ਹੁਣ ਨਾਲ ਕਿਸੇ ਨਾਲ ਦੇ ਨਹੀਂ ਲਾ ਤੇ ਆਹ ਹੈ ਬਾਈ ਘਰੇ ਵੇ ਆਹ ਦੇਖੋ ਇਹਦਾ ਬੂਝਾ ਮਾਰ ਬੀਜੇ ਇਹ ਕਰਕੇ ਗਿਆ ਦੋਹੇ ਆਪਣਾ ਜੀਰੋ ਇੱਕ ਹੋਰ ਕਰਾਉਣੇ ਤੈਨੂੰ ਮੈਂ ਦਿਖਾਉਂਦਾ ਗੇਟ ਹੁਣ ਫੜਦਾ ਨਹੀਂ ਹਜੇ ਮੈਨੂੰ ਮੈਂ ਧੋ ਕੇ ਖੜਾ ਤਾ ਹੁਣ ਦਵਾ ਲਾਊਂਗਾ ਫਿਰ ਲਾਊਂਗਾ 2 ਕਿੱਲੇ ਪਰ ਤਿੰਨ ਚੱਲ ਕੋਈ ਨਹੀਂ ਮੀਂਹ ਜਿੱਦਣ ਮੀਂਹ ਜਿਹਾ ਨਾ ਪਿਆ ਨਾ ਭੁੱਬਲ ਜੀ ਬਣ ਗਈ ਉੱਦਣ ਕਰਾਉਂਦਾ ਆਹ ਦੇਖ ਲਓ ਬਾਈ ਜੰਗਲ ਪੂਰਾ ਜੰਗਲ ਹੋਇਆ ਪਿਆ ਸਾਡੇ ਪੂਰੇ ਨੇਰੇ ਜਾਉਂ ਨੂੰ ਜੀ ਨਹੀਂ ਕਰਦਾ ਹਾਂ ਪੂਰੇ ਨੇਰੇ ਜਾਉਂ ਨੂੰ ਹਾਂ ਬੈ ਬੈ ਕਰਦੇ ਹੀ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਸਾਰਿਆਂ ਨੂੰ ਠੀਕ ਆ ਧੰਨਵਾਦ ਸ਼ੇਅਰ ਕਰ ਦਿਓ ਬਾਈ ਵੀਡੀਓ ਮੈਂ ਬਾਈ ਮੈਂ ਪਹਿਲਾਂ ਇਹਨੂੰ ਪੁੱਛ ਲਿਆ ਸਹਿਜੋ ਤੁਹਾਨੂੰ ਵੀ ਜਿਹੜੇ ਦੱਸਾਂਗੇ ਕਿਤੇ ਜਦੋਂ ਲਾਈਵ ਹੋ ਗਏ ਮੈਂ ਵੀਡੀਓ ਪੂਰੀ ਬਣਾਉਂਦਾ ਨਹੀਂ ਯਾਰ ਅੱਜ ਲਾਇਆ ਮੁੰਡਾ ਬਾਈ ਵੀਡੀਓ ਬਣਾਉਣ ਕਮੈਂਟ ਕਰ ਦਿਓ ਫਿਰ ਬਿੱਲਾ ਵੀ ਬਣਾਏ ਕਰੂੰਗਾ ਆਪਣੇ ਵਾਲੇ ਇੱਕੇ ਚੈਨਲ 'ਤੇ ਆਈ ਕਰੂੰਗੀ ਵੀਡੀਓ ਕਲਿੱਪ ਲੈ ਲਿਆ ਕਰਾਂਗੇ ਹਾਂ ਕਲਿੱਪ ਲੈ ਲਿਆ ਕਰੂੰਗਾ ਬਿੱਲਾ ਵੀ ਹੋਰ ਬਾਕੀ ਮਿਲਦੇ ਹਾਂ ਹੁਣ ਅਗਲੀ ਵੀਡੀਓ ਬਾਈ